ਮੇਰਾ ਨਾਮ ਨਵਾਨ ਸਿੰਘ ਹੈ। ਪਿੰਡ ਆਪਣਾ ਸਾਲਾ ਭਤੀਜਾ ਸਿੰਘ ਪਿੰਡ ਦੇ ਅੱਛਾ ਜੀ, ਜਿਹੜੀ ਆਪਾਂ ਕਣਕ ਦੀ ਫਸਲ ਦੇ ਵਿੱਚ ਖੜੇ ਆ ਇਹਦੇ ਵਿੱਚ ਤੁਸੀਂ ਕਿੰਨਾ DAP ਪਾਇਆ? ਦੇਖੋ ਜੀ, ਪਹਿਲਾਂ ਤਾਂ ਪਾਉਂਦੇ ਅਸੀਂ ਕਿਲੇ ਵਿੱਚ 2 ਥੈਲੇ ਖੇਤੀ ਪਾਏ, ਇੱਕ ਥੈਲਾ ਅਤੇ ਕਿਸੀ ਜੀ ਢਾਈ ਆ ਮਤਲਬ ਜਾ ਕੇ ਬੀਨ ਜਦੋਂ ਪਹਿਲਾਂ ਤੁਸੀਂ 2 ਥੈਲੇ ਪਾਉਣੇ ਹੋ, ਹਾਂਜੀ, ਤਾਂ ਉਦੋਂ ਦੀ ਫਸਲ ਅਤੇ ਹੁਣ ਦੀ ਫਸਲ ਦਾ ਤੁਹਾਨੂੰ ਕੀ ਫਰਕ ਹੈ? ਸਾਨੂੰ ਤਾਂ ਉਹਦੇ ਨਾਲ ਵਧੀਆ ਲੱਗਦੀ ਹੈ, ਕਿਉਂ ਆਇਆ ਕਿ ਨਾ ਵੀ ਕਣਕ ਦੱਸ ਰਹੀ ਆ, ਖੁਸ਼ਕ ਪੱਤਰ ਦੇ ਵਿੱਚ ਬੀਜੀ ਆ, ਫੇਰ ਵੀ ਮਤਲਬ ਜਾਣੀ ਕਿ ਜੰਮ ਪਈ ਜਾਣੀ, ਸੋ ਜਨਰੇਸ਼ਨ ਵਧੀਆ ਜਾਣੀ ਕਿ ਜਰਮੀ ਪੂਰੀ ਵਧੀਆ ਹੋਈ ਹੈ। ਹਾਂਜੀ, ਅਤੇ ਬਾਕੀ ਤੁਸੀਂ ਕੁਛ ਪਿਓਰ ਵੀ ਬੀਜਿਆ ਜਿਹਦੇ ਵਿੱਚ DAP ਨਾ ਪਾਇਆ ਹੋਵੇ ਜਾਂ? ਹਾਂਜੀ, ਆਹ 2-3 ਇਹਦੇ ਕੱਢੇ ਨੇ ਜੀ ਸਿਆੜ, ਇਸ ਤਰ੍ਹਾਂ ਤਜਰਬਾ ਕਰਨੇ ਪਾਣੀ। ਅੱਛਾ ਜੀ, ਵੀ DAP ਬਿਲਕੁਲ ਖਤਮ ਸੀਗਾ। ਅੱਛਾ ਜੀ, ਵੀ ਪਤਾ ਲੱਗ ਜੂਗਾ ਸਾਨੂੰ ਵੀ ਇਹ ਇਕੱਲੀ ਨਾਲ ਚੱਲ ਸਕਦਾ ਕੰਮ। ਅੱਛਾ ਜੀ, ਅਸੀਂ ਇਕੱਲੀ ਨਾਲ ਚਲਾ ਕੇ ਦੇਖਿਆ ਜੀ, ਬਿਲਕੁਲ ਤੁਹਾਡੇ ਸਾਹਮਣੇ ਆ। ਇਹ ਤੁਹਾਨੂੂੰ ਕਿਵੇਂ ਲੱਗਦੀ ਹੈ? ਇਹ ਵੀ ਉਸ ਤਰ੍ਹਾਂ ਹੀ ਆ ਜੀ, ਜਿਵੇਂ DAP ਪਾਇਆ ਉਹਦੇ ਨਾਲ ਦੀ ਆ ਜੀ। ਜਾਣੀ ਤੁਸੀਂ ਕਹਿਣਾ ਵੀ DAP ਦੀ ਜਾਣੀ ਕੋਈ ਘਾਟ ਨਹੀਂ ਦਿਖਾ ਰਹੀ? ਨਹੀਂ, ਬਿਲਕੁਲ ਨਹੀਂ ਦਿਖਾ ਰਹੀ। ਕੀ ਤੁਸੀਂ ਆਉਣ ਵਾਲੀਆਂ ਫਸਲਾਂ ਦੇ ਵਿੱਚ ਇਹਨੂੰ ਆਪਾਂ? ਹਾਂਜੀ, ਦੇਖੋ ਜੀ, ਗੱਲ ਤਾਂ ਇਹ ਹੈ ਜੇ 1 ਨੰਬਰ 'ਚ ਆਉਂਦੀ ਰਹੀ, ਸਹੀ ਸਲਾਮਤ ਆਉਂਦੀ ਰਹੀ, ਕਿਉਂ ਜਿਹੜੀ ਚੀਜ਼ ਇੱਕ ਵਾਰੀ ਪ੍ਰਚਲਿਤ ਹੋ ਗਈ ਉਹਦੇ ਵਿੱਚ ਡੁਪਲੀਕੇਟ ਆ ਜਾਂਦੀ। ਮੈਂ ਇਹ ਗੱਲ ਸਹੀ ਕਹਿਣਾ ਜੀ, ਕੋਈ ਵੀ ਬਾਜ਼ਾਰ ਦੇ ਵਿੱਚ ਆ ਜਿਹੜੀ ਚੀਜ਼ ਇੱਕ ਵਾਰੀ ਵਧੀਆ ਪ੍ਰਚਲਿਤ ਹੋ ਗਈ ਵੀ ਉਹਦੇ ਵਿੱਚ ਡੁਪਲੀਕੇਟ ਨੇ, ਜੇ ਅਗਰ ਨਾ ਆਊ ਤਾਂ ਮੈਂ ਇਹਨੂੰ ਵਰਤੂੰਗਾ। ਛੋਟਾ ਕਿਸਾਨ ਹੋਣ ਦੇ ਨਾਤੇ ਪਹਿਲਾਂ ਮੈਂ ਵਰਤਦਾ ਨਹੀਂ ਸੀ ਵੀ ਰਿਸਕ ਕਾਹਨੂੰ ਲੈਣਾ, ਇਹ ਖਾਣ ਪੀਣ ਜੇ ਆਪਾਂ ਇਹ ਵਰਤ ਲਿਆ ਹੋ ਸਕਦਾ ਫਸਲ ਨਾ ਹੋਵੇ, ਪਰ ਆਪਾਂ ਨੂੰ ਕੋਈ ਫਰਕ ਨਹੀਂ ਲੱਗਦਾ। ਵਧੀਆ ਇੰਨੀਆਂ ਗੱਲਾਂ ਕਹਿੰਦਾ।